बीते दिन नोएडा विखे कॉमनवेल्थ वेट लिफ्टिंग चैंपियन विच भारतीय मूल कनेडा वासी एंजल मिलन वालों 91 किलो स्नैच ते 123 किलो क्लीन यूनियन विच सोने दे तगमे ते कब्जा किया गया ते माता पिता ते भारत दा नाम रोशन किया। कनेडा तो एंजल बिलन नाल उस उन्हां दीआं भैणां जीनत बिलन ते हलीना बिलन अपने जद्दी पिंड रायपुर डब्बा विखे आईआं ते पिंड वासियां वासी विक्रमजीत सिंह शेरगिल विक्रमजीत सिंह समाज सेवी ते हरमनप्रीत सिंह मनी प्रधान सोसायटी बैंक जी दी अगवाई विच ढोल बजा के हार पा के इन्हां दा पिंड आण ते स्वागत किया गया। इस मौके हलीना बिलन ने दस्या कि उन्हां दे पिता भलवान हरजीत सिंह बिलन जो कि महाभारत केसरी अवार्ड जीत चुके हन। तुसी देख रहे हो नवा शहर दुआबा यूट्यूब चैनल ते कश्मीरी लाल कैंत गर्चा दी इस प्रोग्राम दी ए विशेष रिपोर्ट। बाकी रिपोर्ट इस ब्रेक तो बाद। टिप टॉप फैशन बस स्टैंड और लेडीज फैंसी सूटा ते दाज भरी ले घट खर्चे ते वधिया क्वालिटी दे सूट खरीदण ले मिलो। मोबाइल 9155 9919 1559 5100। न्यू फ्रेंड्स कनेक्ट कलेक्शन बस स्टैंड और पिंड गर्चा वाले जेंट्स ते फैंसी रेडीमेड कपड़े घट खर्च दे खरीदन दे लई संपर्क करो 9779637717 9796 3 7797 97 7 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
ਡਾਇਲ 9914483733। ਹਾਂਜੀ, ਤੁਹਾਡਾ ਨਾਮ ਕੀ ਹੈ ਜੀ? ਹਾਂਜੀ, ਮੇਰਾ ਨਾਮ ਐਂਜਲ ਬਿਵਨ ਹੈ ਜੀ। ਤੇ ਮੇਰੇ ਪਿਤਾ ਜੀ ਦਾ ਨਾਮ ਪਹਿਲਵਾਨ ਹਰਜੀਤ ਸਿੰਘ ਬਿਵਨ ਹੈ ਤੇ ਮੇਰੀ ਵੱਡੀ ਭੈਣ ਹਲੀਨਾ ਬਿਵਨ ਨੇ ਮੈਨੂੰ ਕਾਮਨਵੈਲਥ ਚੈਂਪੀਅਨਸ਼ਿਪ ਦੇ ਵਿੱਚ ਕੋਚ ਕੀਤਾ ਸੀ ਜੀ। ਤੇ ਮੈਨੂੰ 2 ਗੋਲਡ ਦੇ ਤਗਮੇ ਮੈਂ ਜਿੱਤੇ ਆ ਜੂਨੀਅਰ ਨਾਲ ਯੂਥ ਦੇ ਵਿੱਚੋਂ, ਤੇ 91 ਕਿਲੋ ਸਨੈਚ ਲਈ ਤੇ 1 ਕੁਇੰਟਲ ਤੇ 1 ਕਿਲੋ ਕਲੀਨ ਐਂਡ ਜਰਕ ਜੀ। ਤੁਹਾਡੀ ਭੈਣ ਨੇ ਕਾਫੀ ਨਾਮ ਨਾ ਖੱਟਿਆ ਹੈਗਾ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਬਹੁਤ ਮਾਣ ਵਾਲੀ ਗੱਲ ਆ, ਸਾਨੂੰ ਬਹੁਤ ਵਧੀਆ ਲੱਗਾ ਵਿਦਿਆਰਥੀ ਅਸੀਂ ਦੋਨੀ ਭੈਣਾਂ ਇਹਦੇ ਨਾਲ ਆਈਆਂ ਤੇ ਇਹਨੇ ਕਾਮਨਵੈਲਥ ਚੈਂਪੀਅਨਸ਼ਿਪ ਜਿਹੜੀ ਉੱਤਰ ਪ੍ਰਦੇਸ਼ ਨੋਇਡਾ ਵਿੱਚ ਹੋਈ ਸੀਗੀ ਉਹਦੇ ਵਿੱਚੋਂ ਇਹਨੇ 2 ਗੋਲਡ ਦੇ ਤਗਮੇ ਜਿੱਤੇ ਯੂਥ ਤੇ ਜੂਨੀਅਰ ਕੈਟਾਗੋਰੀ ਵਿੱਚ। ਅਲੀਨਾ ਨੇ ਇਹਨੂੰ ਕੋਚਿੰਗ ਦਿੱਤੀ ਸੀ ਇਸ ਵਾਰੀ ਤੇ ਬਹੁਤ ਵਧੀਆ ਇਹਨੇ ਭਾਰ ਚੁੱਕਿਆ ਤੇ ਸਾਨੂੰ ਬਹੁਤ ਵਧੀਆ ਮਹਿਸੂਸ ਹੋਇਆ ਵੀ ਪਿੰਡ ਵਾਲਿਆਂ ਨੇ ਵੀ ਵਧੀਆ ਸਵਾਗਤ ਕੀਤਾ ਸਾਡਾ, ਅਸੀਂ ਬਹੁਤ ਧੰਨਵਾਦੀ ਹਾਂ। ਮੇਰਾ ਨਾਂ ਹਲੀਨਾ ਬਿਲਨ ਆ, ਮੇਰਾ ਸਿਸਟਰ ਦਾ ਨਾਂ ਜੀਨਸ ਬਿਲਨ ਆ, ਸਾਰਿਆਂ ਨਾਲ ਛੋਟੀ ਦਾ ਨਾਂ ਏਂਜਲ ਬਿਲਨ ਆ। ਅਤੇ ਅਸੀਂ ਸਾਰਿਆਂ ਨਾਲ ਪਹਿਲਾਂ ਮੈਂ ਭਾਰ ਚੱਕਣਾ ਸ਼ੁਰੂ ਕੀਤਾ ਸੀ, ਉਸ ਤੋਂ ਬਾਅਦ ਜੀਨਸ ਨੇ, ਉਸ ਤੋਂ ਬਾਅਦ ਏਂਜਲ ਨੇ। ਮੈਂ ਕਾਮਨਵੈਲਥ ਵਿੱਚੋਂ ਬ੍ਰੋਂਜ਼ ਆਈ ਸੀ, ਜੀਨਸ ਸਿਲਵਰ, ਅਤੇ ਹੁਣ ਏਂਜਲ ਨੇ 2 ਸੋਨੇ ਦੇ ਤਗਮੇ ਦਿੱਤੇ ਆ, ਤਾਂ ਸਾਨੂੰ ਬਹੁਤ ਮਾਣ ਹੁੰਦਾ ਇਹਦੇ 'ਤੇ। ਅਤੇ ਮੈਂ ਨਾਲੇ ਜੀਨਸ ਇਹਦੇ ਨਾਲ ਆਈਆਂ ਸੀਗੀਆਂ, ਮੈਂ ਜੀਨਸ ਨੂੰ ਏਂਜਲ ਨੂੰ ਕੋਚ ਕੀਤਾ ਸੀਗਾ। ਬਹੁਤ ਟਫ ਕੰਪੀਟੀਸ਼ਨ ਰਿਹਾ ਸਾਡਾ ਐਥਲੀਟ, ਕਿਉਂਕਿ ਏਂਜਲ ਨੇ ਕਿੰਨੇ ਕੰਪੀਟੀਸ਼ਨ ਬੈਕ ਟੂ ਬੈਕ ਲੜੇ ਸੀਗੇ, ਕੈਨੇਡਾ ਵਿੱਚ ਵੀ ਅਤੇ ਯੂਥ ਵਰਲਡ ਵੀ ਲੜ ਕੇ ਆਈ ਆ। ਉਸ ਤੋਂ ਬਾਅਦ ਹੁਣ ਜਦੋਂ ਅਸੀਂ ਇੱਥੇ ਆਏ ਸੀਗੇ ਉਦੋਂ ਸਾਡਾ ਬਹੁਤ ਕਲੋਸ ਕੰਪੀਟੀਸ਼ਨ ਸੀਗਾ ਇੰਡੀਆ ਦੇ ਨਾਲ, ਅਤੇ ਅਖੀਰ ਦੀ ਲਿਫਟ ਦੇ ਨਾਲ 123 ਕਿਲੋ 1 ਕੁਇੰਟਲ 23 ਕਿਲੋ ਦੀ ਕਲੀਨ ਜਿੱਤ ਨਾਲ ਏਂਜਲ ਫਸਟ ਆਈ ਅਤੇ ਇੰਡੀਆ ਫਿਰ ਸੈਕਿੰਡ ਆਇਆ ਸੀਗਾ। ਜਦੋਂ ਤੁਹਾਡੀ ਫੈਮਿਲੀ ਉੱਧਰ ਪਤਾ ਲੱਗਿਆ ਵੀ ਤੁਸੀਂ ਜਿੱਤ ਗਏ ਹੋ ਤਾਂ ਕਿਹੋ ਜਿਹਾ ਸਮਾਂ ਸੀ ਉਹ? ਬਹੁਤ ਵਧੀਆ ਸਮਾਂ ਸੀਗਾ ਜਦੋਂ ਇਹ ਜਦੋਂ ਇਹਨੇ ਲਿਫਟ ਵੀ ਲਾਈ ਉਦੋਂ ਸਾਨੂੰ ਕਿੰਨੀ ਜਿੱਦਾਂ ਜਿਹੜੀ ਫੀਲਿੰਗ ਆਈ ਸੀ, ਇਮੋਸ਼ਨ ਆਇਆ ਸੀਗਾ, ਬਹੁਤ ਵਧੀਆ ਫੀਲ ਹੋਇਆ। ਨਾਲੇ ਉਹ ਵੀ ਇੰਡੀਆ ਆਣ ਕੇ ਸਾਨੂੰ ਪਤਾ ਸੀਗਾ ਅਸੀਂ ਪਿੰਡ ਆ ਸਕਦੇ ਹਾਂ, ਸਾਨੂੰ ਹਮੇਸ਼ਾ ਜਿਹਾ ਇਹਨੇ ਕਿਹਾ ਸੀਗਾ ਵੀ ਪਿੰਡ ਦਾ ਨਾਂ ਰੋਸ਼ਨ ਕਰਨਾ ਆ, ਅਸੀਂ ਨਾਂ ਖੱਟਣਾ ਆ, ਅਤੇ ਉਹ ਸਾਨੂੰ ਇੱਦਾਂ ਸੀਗਾ ਵੀ ਹੁਣ ਅਸੀਂ ਤਗਮੇ ਲੈ ਕੇ ਪਿੰਡ ਆ ਸਕਦੇ ਹਾਂ। ਤੁਹਾਡੇ ਫਾਦਰ ਸਾਹਿਬ ਦੀ ਕੀ ਫੀਲਿੰਗ ਸੀ ਉਸ ਵੇਲੇ? ਬਹੁਤ ਵਧੀਆ, ਡੈਡੀ ਦਾ ਮੈਸੇਜ ਉਦੋਂ ਹੀ ਆ ਗਿਆ ਸੀਗਾ ਵੀ ਬਹੁਤ ਖੁਸ਼ ਹਾਂ ਅਤੇ ਕੰਗਰੈਚੁਲੇਸ਼ਨ, ਅਤੇ ਮੰਮੀ ਦਾ ਵੀ। ਉਹਨਾਂ ਨੇ ਟਾਈਮ ਉਦੋਂ ਹੋਇਆ ਸੀਗਾ ਸਵੇਰ ਦੇ, ਮੈਨੂੰ ਲੱਗਦਾ 2 ਵਜੇ ਉਹ ਸੀਗੇ ਤੜਕੇ ਦੇ, ਅਤੇ ਉਹਨਾਂ ਨੇ ਜਾ ਕੇ ਪੂਰਾ ਕੰਪੀਟੀਸ਼ਨ ਦੇਖ ਕੇ ਉਹਨਾਂ ਨੇ ਫਿਰ ਸਾਨੂੰ ਕੰਗਰੈਚੁਲੇਸ਼ਨ ਵੀ ਕੀਤਾ ਸੀਗਾ ਜੀ।
ਪਿੰਡ ਆ ਕੇ ਕਿਹੋ ਜਿਹਾ ਮਹਿਸੂਸ ਹੋ ਰਿਹਾ? ਬਹੁਤ ਵਧੀਆ ਪਿੰਡ ਅਸੀਂ ਅੱਗੇ ਵੀ ਆਉਂਦੇ ਰਹੀਦਾ ਆ ਕਿੰਨੀ ਕਿੰਨੀ ਵਾਰੀ ਆ ਚੁੱਕੇ ਬਟ ਇਸ ਵਾਰੀ ਹੁਣ ਅੱਗੇ ਲੱਗ ਰਿਹਾ ਇਸ ਵਾਰੀ ਬਹੁਤ ਵਧੀਆ ਤੁਹਾਨੂੰ ਸਵਾਗਤ ਕੀਤਾ ਇੰਨਾ ਵਧੀਆ ਤੁਹਾਨੂੰ ਸਵਾਗਤ ਸਾਡਾ ਕੀਤਾ ਤੇ ਏਂਜਲ ਦਾ ਮਾਨ ਸਨਮਾਨ ਕੀਤਾ ਸਾਨੂੰ ਬਹੁਤ ਵਧੀਆ ਲੱਗਾ ਠੀਕ ਹੈ ਥੈਂਕ ਯੂ ਮਿਸ ਏਂਜਲ ਤੁਸੀਂ ਕਿੰਨਾ ਬਿਟ ਚਕਸ ਕਰਦੇ ਹੋ ਮਤਲਬ ਹਾਂਜੀ ਮੈਂ ਸਨੈਚ 91 ਕਿਲੋ ਲਾਈ ਤੇ 1 ਕੁਇੰਟਲ ਤੇ 1 ਕਿਲੋ ਕਲੀਨ ਐਂਡ ਜਰਕ ਲਾਈ ਤੇ ਗੋਲਡ ਤਗ ਮੇ ਜਿੱਤੇ ਯੂਥ ਨਾਲੇ ਜੂਨੀਅਰ ਦੇ ਵਿੱਚ ਜੀ ਔਰ ਲਿਟਲ ਸਿਸਟਰ ਇਹ ਵੀ ਮਤਲਬ ਇਹਦੇ ਨਾਲ ਰਿਲੇਟਡ ਹੈਗਾ ਹਾਂਜੀ ਦੋਨੀਆਂ ਹੀ ਵੇਟ ਲਿਫਟਿੰਗ ਕਰਦੀਆਂ ਅੱਛਾ ਜੀ ਹਾਂਜੀ ਤੁਸੀਂ ਲਿਟਲ ਇਹਨਾਂ ਨੂੰ ਡੈਡੀਕੇਟ ਉਹਨਾਂ ਨਾਲ ਹੀ ਹਾਂਜੀ ਅਸੀਂ ਵੀ ਵੇਟ ਲਿਫਟਿੰਗ ਕਰਦੇ ਦੋਨੀ ਜਾਣੇ ਜੀ ਕਾਮਨਵੈਲਥ ਅਸੀਂ ਦੋਨੀ 1 ਸਾਲ ਖੇਲੀਆਂ ਸੀ ਜੀ ਉੱਥੇ ਹਲੀਨਾ ਨੇ ਜਿੱਤਿਆ ਸੀਗਾ ਬ੍ਰੌਂਜ ਮੈਡਲ ਤੇ ਮੈਂ ਜਿੱਤਿਆ ਸੀ ਸਿਲਵਰ ਮੈਡਲ ਜੀ ਤੇ ਐਤਕੀ ਬਹੁਤ ਮਾਣ ਹੋਇਆ ਵੀ ਸਾਡੀ ਛੋਟੀ ਭੈਣ ਵੀ ਕਾਮਨਵੈਲਥ ਚੈਂਪੀਅਨਸ਼ਿਪ ਚ ਨੋਇਡਾ ਚ ਲੜ ਕੇ ਆਈ ਆ ਜੀ ਤੇ ਬਹੁਤ ਵਧੀਆ ਲੱਗਾ ਵੀ ਪਿੰਡ ਵਾਲਿਆਂ ਨੇ ਵੀ ਬਹੁਤ ਖੁਸ਼ੀਆਂ ਨਾਲ ਸਾਨੂੰ ਇੱਥੇ ਸਵਾਗਤ ਜੀ ਜੀ ਠੀਕ 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 ਹੁਣ ਕੋ ਠੀਕ ਹੈ ਸਤਿ ਸ਼੍ਰੀ ਅਕਾਲ ਤੁਸੀਂ ਕਾਮਨਵੈਲਥ ਗੇਮਾਂ ਦੇ ਵਿੱਚ ਇੱਕ ਛੋਟੇ ਜਿਹੇ ਪਿੰਡ ਦਾ ਨਾਮ ਬਹੁਤ ਉੱਚਾ ਕੀਤਾ ਹੈਗਾ ਸਾਡੇ ਪੰਜਾਬ ਦਾ ਨਾਮ ਉੱਚਾ ਕੀਤਾ ਸਾਡੇ ਪੂਰੇ ਭਾਰਤ ਵਰਸ਼ ਦਾ ਨਾਮ ਉੱਚਾ ਕੀਤਾ ਤੁਹਾਨੂੰ ਅਸੀਂ ਦੇ ਪਹਿਲਾਂ ਮੁਬਾਰਕਾਂ ਸਾਡੇ ਵੱਲੋਂ ਥੈਂਕ ਯੂ ਤੁਹਾਡਾ ਨਾਮ ਤੁਹਾਡਾ ਕੀ ਹੈ ਜੀ ਮਾਫ ਕਰਨਾ ਮੇਰਾ ਨਾਮ ਏਂਜਲ ਦਦਨ ਹੈ ਤੇ ਤੁਹਾਡੀ ਸਿਸਟਰ ਦਾ ਕੀ ਹੈ ਜੀ ਮੇਰਾ ਨਾਮ ਜੀਨਤ ਦਦਨ ਹੈ ਤੇ ਇਹਨਾਂ ਦਾ ਜੀ ਅਲੀਨਾ ਦਦਨ ਅੱਛਾ ਜੀ ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਜੀ ਹਰਜੀਤ ਸਿੰਘ ਦਦਨ ਉਹ ਵੀ ਗੇਮ ਨਾਲ ਰਿਲੇਟਡ ਪਤਾ ਲੱਗਿਆ ਪਰ ਹਾਂ ਜੀ ਰੈਸਲਰ ਰਿਹਾ ਪਹਿਲਾਂ ਜੀ ਤੇ ਤੁਸੀਂ ਪਿੰਡ ਵਿੱਚ ਆਏ ਹੋ ਤੁਹਾਡਾ ਵੈਲਕਮ ਹੋਇਆ ਤੁਹਾਨੂੰ ਕਿੱਦਾਂ ਤੁਹਾਨੂੰ ਫੀਲ ਹੋਇਆ ਬਹੁਤ ਬਹੁਤ ਵਧੀਆ ਫੀਲ ਹੋਇਆ ਤੇ ਮੈਂ ਬਹੁਤ ਜ਼ਿਆਦਾ ਧੰਨਵਾਦੀ ਆ ਜੀ ਕਾਮਨਵੈਲਥ ਗੇਮਾਂ ਦਾ ਕਿੱਦਾਂ ਲੱਗਦਾ ਰਿਹਾ ਆਪਣਾ ਤਜਰਬਾ ਜੀ ਮੈਨੂੰ ਬਹੁਤ ਵਧੀਆ ਲੱਗਾ ਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਤੇ ਆਪਣੇ ਪਰਿਵਾਰ ਦਾ ਤੇ ਆਪਣਾ ਵੀ ਠੀਕ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਅੱਜ ਵੱਡਾ ਮਾਣ ਆ ਸਾਡਾ ਪਿੰਡ ਰੈਪੁਰ ਡੱਬਾ ਪਹਿਲਾਂ ਤੋਂ ਪਹਿਲਵਾਨਾਂ ਦੀ ਸ਼ਾਨ ਰਿਹਾ ਸਾਡੇ ਪਿੰਡ ਦੇ 5-7 ਭਾਰਤ ਜੇਤਰੀ ਕਈ ਇੰਡੀਆ ਚੈਂਪੀਅਨ ਹੋਏ ਆ ਅੱਜ ਸਾਨੂੰ ਸਾਡੀਆਂ ਬੇਟੀਆਂ 'ਤੇ ਮਾਣ ਆ ਜਿਹੜੇ ਸਾਡਾ ਪਹਿਲਵਾਨ ਹਰਜੀਤ ਸਿੰਘ ਭਾਰਤ ਜੇਤਰੀ ਬੜਾ ਸੰਘਰਸ਼ ਕਰਕੇ ਹੁਣ ਹਿੰਦੁਸਤਾਨ ਕਈ ਵਾਰੀ ਰੀਪ੍ਰਜੈਂਟ ਕੀਤਾ ਕਈ ਵਾਰੀ ਭਾਰਤ ਜੇਤਰੀ ਬਣਿਆ ਅਤੇ ਅੱਜ ਸਾਨੂੰ ਪੂਰਾ ਮਾਣ ਆ ਸਾਡੀਆਂ ਬੇਟੀਆਂ ਕਾਮਨਵੈਲਥ ਵਿੱਚੋਂ 2 ਗੋਲਡ ਮੈਡਲ ਯੂਨੀਅਰ ਅਤੇ ਸਬ ਯੂਨੀਅਰ ਦੇ ਵਿੱਚੋਂ ਲੈ ਕੇ ਆਈ ਆ ਅਸੀਂ ਇਹ 'ਤੇ ਬਹੁਤ ਮਾਣ ਕਰਦੇ ਹਾਂ ਸਾਰੀਆਂ ਬੱਚੀਆਂ ਜਿੰਨੀਆਂ 3 ਭੈਣਾਂ ਆਈਆਂ ਸੀ ਇਹਨਾਂ ਦਾ ਸਾਰੀਆਂ ਦਾ ਸਤਿਕਾਰ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਿਕਰਮ ਜੀ ਤੁਸੀਂ ਪਿੰਡ ਦੇ ਮੋਹਤਵਾਰ ਹੋ ਬੈਂਕ ਦੇ ਪ੍ਰਧਾਨ ਵੀ ਹੋ ਔਰ ਛੋਟੇ ਜਿਹੇ ਪਿੰਡ ਦੇ ਵਿੱਚ 3 ਕੁੜੀਆਂ ਨੇ ਕਾਫੀ ਨਾਮਣਾ ਖੱਟ ਕੇ ਆਪਣੇ ਤੁਹਾਡੇ ਪਿੰਡ ਦਾ ਸਾਡੇ ਨਵਾਂ ਸ਼ਹਿਰ ਦੁਆਬੇ ਦਾ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈਗਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਡੇ ਪਿੰਡ ਦੀ ਧੀਆਂ ਨੇ ਸਾਡੇ ਪਿੰਡ ਦਾ ਨਹੀਂ ਜ਼ਿਲ੍ਹੇ ਦਾ ਨਹੀਂ ਪੂਰੇ ਪੰਜਾਬ ਦਾ ਨਹੀਂ ਪੂਰੇ ਭਾਰਤ ਦਾ ਨਾਂ ਦੁਨੀਆ 'ਤੇ ਚਮਕਾਇਆ ਸਾਨੂੰ ਬਹੁਤ ਖੁਸ਼ੀ ਹੋ ਰਹੀ ਆ ਜੀ ਨਾਲੇ ਇਹ ਜਿਹੜੀ ਗੱਲ ਇਹਨਾਂ ਦੇ ਗੁੜਤੀ ਇਹਨਾਂ ਨੂੰ ਫੈਮਿਲੀ ਤੋਂ ਮਿਲੀ ਆ ਇਹਨਾਂ ਦੇ ਫਾਦਰ ਸਾਹਿਬ ਵੀ ਮਹਾਂਭਾਰਤ ਕੇਸਰੀ ਆਏ ਜੀ ਤੋ ਉਹਨਾਂ ਦਾ ਵੀ ਇਹਨਾਂ ਲਈ ਬਹੁਤ ਬਹੁਤ ਬੜਾ ਯੋਗਦਾਨ ਆ ਜੀ ਜੀ ਬਿਕਰਮ ਜੀ ਸ਼ੇਰ ਗੱਲ ਜੀ ਤੁਸੀਂ ਇਹਨਾਂ ਬੱਚਿਆਂ ਬਾਰੇ ਕੀ ਕਹਿਣਾ ਕੁਝ ਚਾਹੋਗੇ ਹਾਂਜੀ ਇਹੀ ਆ ਇਹਨਾਂ ਨੇ ਪਿੰਡ ਦਾ ਬਹੁਤ ਮਾਣ ਰੱਖਿਆ ਇਹਨਾਂ ਦੇ ਫਾਦਰ ਸਾਹਿਬ ਸਾਡੇ ਵੱਡੇ ਭਰਾ ਆ ਹਰਜੀਤ ਸਿੰਘ ਬਿਲਨ ਉਹ ਵੀ ਕੁਸ਼ਤੀ ਦੇ ਵਿੱਚ ਦੋਨਾਂ ਨੇ ਬਹੁਤ ਨਾਮ ਨਾ ਖੱਟਿਆ ਹਰਜੀਤ ਕੋਈ ਮਹਾਂਭਾਰਤ ਕੇਸ ਵੀ ਜਿੱਤਿਆ ਹੋਰ ਬਹੁਤ ਮੁਕਾਬਲੇ ਜਿੱਤੇ ਇਹਨਾਂ ਨੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੁਣ ਵੀ ਉਹ ਬਾਹਰ ਸਦੀ ਦੇ ਵਿੱਚ ਆਪਣਾ ਅਖਾੜਾ ਚਲਾ ਰਹੇ ਜਿੰਮ ਚਲਾ ਰਹੇ ਆ ਉੱਥੇ ਵੀ ਕਾਫੀ ਬੱਚੇ ਉਹਨਾਂ ਦੇ ਕੋਲ ਜਿਹੜੇ ਸਿੱਖ ਰਹੇ ਆ ਤੇ ਸਾਨੂੰ ਉਹਨਾਂ 'ਤੇ ਬਹੁਤ ਪ੍ਰਾਊਡ ਆ ਪਿੰਡ ਦਾ ਨਾਂ ਕਿਉਂ ਪਿੰਡੇ ਰੁਸਤਮਾਂ ਦਾ ਹੈ ਸਾਡਾ ਹਰ ਘਰ 'ਚ ਭਲਵਾਨ ਆ ਜੀ ਬਾਕੀ ਇਹਨਾਂ ਨੇ ਬੇਟੀਆਂ ਨੇ ਸਾਡੀਆਂ ਨੇ ਇਹਨਾਂ ਨੇ ਹੁਣ ਗੋਲਡ ਮੈਡਲ ਲਿਆ ਉਹਨਾਂ ਨੇ ਸਿਲਵਰ ਮੈਡਲ ਕੈਨੇਡਾ ਵੀ ਬਹੁਤ ਮੁਕਾਬਲੇ ਜਿੱਤੇ ਇਹਨਾਂ ਨੇ ਜਿੱਥੇ ਨਾ ਪੰਜਾਬ ਦੀ ਜਵਾਨੀ ਹੈਗੀ ਪੂਰੀ ਦੁਨੀਆ ਵਿੱਚ ਮਤਲਬ ਨਸ਼ੇ ਦੀ ਗੱਲਬਾਤ ਚੱਲਦੀ ਹੈਗੀ ਆ ਵੀ ਜਿੱਥੇ ਨੌਜਵਾਨ ਨਸ਼ੇ ਦੀ ਪੀੜ੍ਹੀ ਨੂੰ ਮਤਲਬ ਨਸ਼ੇ ਦੇ ਵਿੱਚ ਮਤਲਬ ਨਸ਼ੇ ਦੇ ਵਿੱਚ ਤਬਾਹ ਹੋ ਰਹੇ ਆ ਉੱਥੇ ਕੁੜੀਆਂ ਇੱਕ ਨਵਾਂ ਇੱਕ ਦੀਵਾ ਲੈ ਕੇ ਮਤਲਬ ਅੱਗੇ ਵਧਦੇ ਤੁਸੀਂ ਇਹ ਕਰਨਾ ਚਾਹੁੰਦੇ ਹੋ ਬਿਲਕੁਲ ਜੀ ਬਹੁਤ ਵਧੀਆ ਗੱਲ ਆ ਕੁੜੀਆਂ ਅੱਗੇ ਆ ਰਹੀਆਂ ਆ ਜਿਹੜੇ ਸਾਡੇ ਨੌਜਵਾਨ ਵੀ ਆ ਰਹੇ ਸਾਡੇ ਪਰਿਵਾਰਾਂ ਦੀਆਂ ਵੀ ਗਲਤੀਆਂ ਅਸੀਂ ਬੱਚਿਆਂ ਦਾ ਖਿਆਲ ਨਹੀਂ ਰੱਖਦੇ ਆਪਣੇ ਦਾ ਜੇ ਅਸੀਂ ਨਿਆਣੇ ਦੀ ਪੂਰੀ ਕੇਅਰ ਕਰੀਏ ਉਹਨਾਂ ਦੇ ਕਿੱਥੇ ਆਉਂਦੇ ਕਿੱਥੇ ਉੱਠਦੇ ਬਹਿੰਦੇ ਆ ਅਸੀਂ ਉਹਨਾਂ ਦਾ ਖਿਆਲ ਰੱਖੀਏ ਤੇ ਮੇਰੇ ਖਿਆਲ ਵਿੱਚ ਜੇ ਕੇਅਰ ਕਰਦੇ ਤਾਂ ਮੁੰਡੇ ਵੀ ਵਿਗੜ ਨਹੀਂ ਸਕਦੇ ਹੈਗੇ ਜੇ ਘਰ ਦੇ ਉਹਨਾਂ ਦੇ ਉੱਤੇ ਪੂਰਾ ਆਪਣਾ ਕਰਦੇ ਆ ਜਿਹੜੀਆਂ ਬੇਟੀਆਂ ਮੋਹਰੇ ਆ ਰਹੀਆਂ ਪੜ੍ਹਾਈ 'ਚ ਵੀ ਹੋਰ ਵੀ ਸਾਡੇ ਪਿੰਡ ਦੀਆਂ ਬੱਚੀਆਂ ਰਾਜੀ ਭਲਵਾਨ ਹੋਣੇ ਉਹਨਾਂ ਦੇ ਬੇਟੀਆਂ ਵੀ ਉਹ ਵੀ ਵੇਟ ਲਿਫਟਿੰਗ 'ਚ ਆਈਆਂ ਉਹ ਵੀ ਹੁਣ ਪੰਜਾਬ ਜਿੱਤਿਆ ਉਹਨਾਂ ਨੇ ਵੀ ਜੀ ਤੇ ਵਧੀਆ ਗੱਲ ਹੈ ਜੀ ਹਾਂਜੀ ਥੈਂਕ ਯੂ।
ਵਾਸੀ ਸਿਲ ਕਟੇ ਹੋਣ ਬਾਰ ਬਾਰ ਛਿੱਕਾਂ ਦਾ ਆਣਾ ਪੁਰਾਣਾ ਟਾਈਫਾਇਡ ਆਈ ਵੀ ਐਸ ਪੇਟ ਰੋਗ ਸਗਰਹਿਣੀ ਬਾਰ ਬਾਰ ਟੁੱਟ ਜਾਣਾ ਪਵੇ ਚਮੜੀ ਰੋਗ ਫੀਸ ਸ਼ਰਧਾ ਅਨੁਸਾਰ ਦੇ ਕੇ ਪੱਕਾ ਇਲਾਜ ਕਰਾਵੋ ਔਰਤ ਮਰਦ ਗੁਪਤ ਰੋਗ ਮਾਹਰ ਖਾਨਦਾਨੀ ਵੈਦ ਕੈਂਥ ਗੜਚਾ 98763 4499 ਦੀ ਟੈਕਸੀ ਸਰਵਿਸ ਪਿੰਡ ਕੜਪਦਾਣਾ ਮੋਬਾਈਲ 87250-0581 87250-0581 ਤੇ ਸੰਪਰਕ ਕਰੋ ਲੇਡੀਜ਼ ਐਂਡ ਜੈਂਟਸ ਟੇਲਰ ਪੱਪੂ ਟੇਲਰ ਗੜਚਾ ਮੋਬਾਈਲ 98724-9988 ਨਿਊ ਫਰੈਂਡਸ ਕਲੈਕਸ਼ਨ ਬੱਸ ਸਟੈਂਡ ਔਰ ਪਿੰਡ ਗਰਚਾ ਵਾਲੇ ਜੈਂਟਸ ਅਤੇ ਫੈਂਸੀ ਰੇਡੀਮੇਡ ਕੱਪੜੇ ਘੱਟ ਖਰਚ 'ਤੇ ਖਰੀਦਣ ਦੇ ਲਈ ਸੰਪਰਕ ਕਰੋ 9779637717 97796-37717 ਔਰਤ ਮਰਦ ਗੁਪਤ ਰੋਗੋ ਕੇ ਮਾਹਰ ਖਾਨਦਾਨੀ ਵੈਦ ਦੇਸ਼ ਵਿਦੇਸ਼ ਮੇਂ ਮਸ਼ਹੂਰ ਕਸ਼ਮੀਰੀ ਲਾਲ ਕੈਂਥ ਸੰਪਰਕ 98763-79499 98763-79499 ਤੇ ਫੋਨ ਕਰਕੇ ਆਨਲਾਈਨ ਦਵਾਈ ਮੰਗਵਾਓ ਨਵਾਂ ਸ਼ਹਿਰ ਦੁਬਾਬਾ ਯੂਟਿਊਬ ਚੈਨਲ ਸੰਪਰਕ 98763-79499